जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले। ਮੈਨੂੰ ਜੋ ਚੰਗਾ ਲੱਗੀ ਮੈਨੂੰ ਉਹ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਬਸ ਉਹ ਹੀ ਦੇਵੀ, ਮੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਮੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਮੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ। ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਦਿਲ ਪਾਉਂਦਾ ਰਵੇ, ਤੇਰਾ ਪਾਕ ਕਲਾਮ ਦਿਲ ਪਾਉਂਦਾ ਰਵੇ। ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ। ਸਰੀਰ ਦੀਆਂ ਖੁਸ਼ੀਆਂ ਨੂੰ ਪਾ ਕੇ ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ, ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ, ਪੈਣਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ। ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ, ਦਿਲ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ, ਯਿਸੂ ਮੈਨੂੰ ਤੂੰ, ਯਿਸੂ ਮੈਨੂੰ ਤੂੰ ਚਾਹੀਦਾ, ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ, ਯਿਸੂ ਮੈਨੂੰ ਤੂੰ ਚਾਹੀਦਾ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਭਰਾਵੋ ਅਤੇ ਭੈਣੋ, ਇਹਨਾਂ ਪਵਿੱਤਰ ਬੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ
ਆਵੋ ਅਸੀਂ ਆਪਣੇ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚੇ ਨਾਲ, ਬੋਲੇ ਨਾਲ, ਕਰਨ ਨਾਲ ਅਤੇ ਨਗੇਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵਿੱਚ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਬਖਸ਼ ਦੇ ਕਿ ਦੁਨੀਆ ਦਾ ਰਵਾਇਆ ਤੇਰੀ ਮਰਜ਼ੀ ਮੁਤਾਬਿਕ ਨੇਕੀ ਅਤੇ ਸ਼ਾਂਤੀ ਵਿੱਚ ਚੱਲਦਾ ਰਹੇ। ਅਸੀਂ ਬੇਨਤੀ ਕਰਦੇ ਹਾਂ ਕਿ ਤੇਰੀ ਕਲਿਸਿਆ ਪੱਕੀ ਉਮੀਦ ਅਤੇ ਭਰੋਸੇ ਨਾਲ ਤੇਰੀ ਸੇਵਾ ਵਿੱਚ ਲੱਗੀ ਰਹੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇੜੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕੋ ਦਾ ਜੀਵਨ ਦਾ ਇਤਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ, ਪਾਠ ਸੰਤ ਪਤਰਸ ਦੇ ਪਹਿਲੇ ਪੱਤਰ ਵਿੱਚੋਂ ਉਸਦਾ ਇੱਕ ਬਾਬ 3-9 ਆਇਤ ਤੱਕ। ਧੰਨ ਹੈ ਖੁਦਾ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਬਾਪ, ਉਸਦੀ ਮਹਾਨ ਦਇਆ ਦੇ ਵਸੀਲੇ ਅਤੇ ਯੇਸ਼ੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਨਾਲ ਅਸੀਂ ਜਿਉਂਦੀ ਆਸ ਲਈ ਨਵਾਂ ਜਨਮ ਲਿਆ ਹੈ। ਤੁਹਾਡੇ ਲਈ ਵਿਰਾਸਤ ਸਵਰਗ ਵਿੱਚ ਰੱਖੀ ਹੋਈ ਹੈ, ਜੋ ਨਾਸ਼ ਹੋਣ ਵਾਲੀ ਨਹੀਂ, ਮੈਲੀ ਹੋਣ ਵਾਲੀ ਨਹੀਂ, ਫਿੱਕੀ ਨਾ ਪੈਣ ਵਾਲੀ ਅਤੇ ਅਮਰ ਹੈ। ਤੁਸੀਂ ਆਪਣੀ ਵਿਰਾਸਤ ਦੇ ਲਈ ਖੁਦਾ ਦੀ ਸਮਰੱਥਾ ਦੇ ਨਾਲ ਇਮਾਨ ਦੇ ਵਸੀਲੇ ਉਸ ਮੁਕਤੀ ਦੇ ਲਈ ਸੁਰੱਖਿਅਤ ਰੱਖੇ ਗਏ ਹੋ, ਜੋ ਆਖਰੀ ਦਿਨਾਂ ਵਿੱਚ ਪ੍ਰਗਟ ਕੀਤੀ ਜਾਣ ਲਈ ਤਿਆਰ ਹੈ। ਹੁਣ ਭਾਵੇਂ ਥੋੜ੍ਹੇ ਸਮੇਂ ਲਈ ਤੁਹਾਨੂੰ ਕਈ ਤਰ੍ਹਾਂ ਦੀਆਂ ਦੁੱਖ ਮੁਸੀਬਤਾਂ ਸਹਿਣੀਆਂ ਪੈਣ, ਤੁਸੀਂ ਇਸ ਉੱਤੇ ਖੁਸ਼ ਹੋਵੋ ਤਾਂ ਜੋ ਤੁਹਾਡੇ ਇਮਾਨ ਦੀ ਅਸਲੀਅਤ, ਜੋ ਸੋਨੇ ਤੋਂ ਵੱਧ ਅਧਿਕ ਬਹੁਮੁੱਲਾ ਹੈ, ਸਾਹਮਣੇ ਆਵੇ। ਸੋਨਾ ਭਾਵੇਂ ਨਾਸ਼ਵਾਨ ਹੈ, ਫਿਰ ਵੀ ਅੱਗ ਨਾਲ ਪਰਖਿਆ ਜਾਂਦਾ ਹੈ। ਇਸ ਤਰ੍ਹਾਂ ਯੇਸ਼ੂ ਮਸੀਹ ਦੇ ਪ੍ਰਗਟ ਹੋਣ ਅਤੇ ਤੁਹਾਨੂੰ ਪ੍ਰਸ਼ੰਸਾ, ਮਹਿਮਾ ਅਤੇ ਆਦਰ ਮਿਲੇਗਾ। ਤੁਸੀਂ ਉਸਨੂੰ ਦੇਖਿਆ ਨਹੀਂ, ਫਿਰ ਵੀ ਤੁਸੀਂ ਉਸਨੂੰ ਪਿਆਰ ਕਰਦੇ ਹੋ। ਹੁਣ ਭਾਵੇਂ ਤੁਸੀਂ ਉਸਨੂੰ ਨਹੀਂ ਦੇਖਦੇ ਹੋ, ਫਿਰ ਵੀ ਉਸ ਉੱਤੇ ਇਮਾਨ ਰੱਖਦੇ ਹੋ। ਨਾਲ ਹੀ ਤੁਸੀਂ ਅਕੈ ਅਤੇ ਮਹਾਨ ਉਚੇਰੇ ਆਨੰਦ ਨਾਲ ਖੁਸ਼ ਹੋ, ਕਿਉਂਕਿ ਤੁਸੀਂ ਆਪਣੇ ਇਮਾਨ ਦਾ ਫਲ ਪਾ ਰਹੇ ਹੋ, ਅਰਥਾਤ ਆਪਣੀ ਰੂਹ ਦੀ ਮੁਕਤੀ ਪਾਉਂਦੇ ਹੋ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਖੁਦਾ ਦੇ ਪਰ ਦੇ ਹੇਠਾਂ ਜੋ
ਖੁਦਾ ਦੇ ਪੈਦੇ ਨੇਠਾਂ ਜੋ ਹੋਈ ਇਨਸਾਨ ਰਹਿੰਦਾ ਹੈ, ਖੁਦਾ ਦੇ ਖੰਭ ਪਿਛਾਂ ਹੇਠਾਂ ਦਿਓ ਆਰਾਮ ਪਾਉਂਦਾ ਹੈ, ਖੁਦਾ ਦੇ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਾਰਕੁਸ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਉਹ ਸਫ਼ਰ ਲਈ ਨਿਕਲ ਰਿਹਾ ਸੀ ਤਾਂ ਇੱਕ ਆਦਮੀ ਦੌੜਾ ਆਇਆ, ਉਸਦੇ ਅੱਗੇ ਗੋਡੇ ਟੇਕੇ ਅਤੇ ਉਸਨੂੰ ਪੁੱਛਿਆ, ਭਲੇ ਗੁਰੂ ਜੀ,
ਅਨੰਤ ਜੀਵਨ ਦਾ ਵਾਰਸ ਹੋਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਯੇਸੂ ਨੇ ਉਸਨੂੰ ਕਿਹਾ, ਤੂੰ ਮੈਨੂੰ ਭਲਾ ਕਿਉਂ ਕਹਿੰਦਾ ਹੈ? ਹੋਰ ਕੋਈ ਭਲਾ ਨਹੀਂ ਹੈ ਪਰ ਖੁਦਾ ਇਕੱਲਾ। ਤੂੰ ਹੁਕਮਾਂ ਨੂੰ ਤਾਂ ਜਾਣਦਾ ਹੈ, ਖੂਨ ਨਾ ਕਰਨਾ, ਵਿਭਿਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਧੋਖਾ ਨਾ ਕਰਨਾ, ਆਪਣੇ ਮਾਤਾ ਪਿਤਾ ਦਾ ਆਦਰ ਕਰਨਾ। ਉਸ ਨੇ ਕਿਹਾ, ਗੁਰੂ ਜੀ, ਇਹਨਾਂ ਸਪਨਾ ਦੀ ਪਾਲਣਾ ਮੈਂ ਆਪਣੀ ਜਵਾਨੀ ਤੋਂ ਕਰਦਾ ਆ ਰਿਹਾ ਹਾਂ। ਯੇਸੂ ਨੇ ਉਸਨੂੰ ਪਿਆਰ ਨਾਲ ਵੇਖਿਆ ਅਤੇ ਉਸਨੂੰ ਕਿਹਾ, ਤੇਰੇ ਵਿੱਚ ਇੱਕ ਚੀਜ਼ ਦੀ ਘਾਟ ਹੈ, ਜਾ ਆਪਣਾ ਸਭ ਕੁਛ ਵਿੱਚ ਦੇ ਅਤੇ ਗਰੀਬਾਂ ਨੂੰ ਦੇ ਦੇ ਅਤੇ ਤੇਰੇ ਲਈ ਸਵਰਗਾਂ ਵਿੱਚ ਖਜ਼ਾਨਾ ਹੋਵੇਗਾ, ਫਿਰ ਆ ਮੇਰੀ ਪੈਰਵੀ ਕਰ। ਇਹ ਗੱਲ ਸੁਣਦਿਆਂ ਉਸਦਾ ਸਿਰਾ ਉਤਰ ਗਿਆ ਅਤੇ ਉਹ ਖੁਸ਼ੀ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਧਨ ਸੰਪਤੀ ਬਹੁਤ ਸੀ। ਯੇਸੂ ਨੇ ਚਾਰੇ ਪਾਸੇ ਵੇਖਿਆ ਅਤੇ ਆਪਣੇ ਚਲਿਆਂ ਨੂੰ ਕਿਹਾ, ਜਿਨ੍ਹਾਂ ਕੋਲ ਧਨ ਦੌਲਤ ਹੈ ਉਹਨਾਂ ਲਈ ਖੁਦਾ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਕਠਿਨ ਹੋਵੇਗਾ। ਚਲੇ ਉਸਦੇ ਸ਼ਬਦਾਂ ਦੇ ਡੰਗ ਰਹਿ ਗਏ, ਪਰ ਯੇਸੂ ਨੇ ਫਿਰ ਉਹਨਾਂ ਨੂੰ ਕਿਹਾ, ਬੱਚਿਓ, ਖੁਦਾ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਕਠਿਨ ਹੈ। ਇੱਕ ਅਮੀਰ ਆਦਮੀ ਦੇ ਖੁਦਾ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ ਇੱਕ ਊਠ ਦਾ ਸੂਈ ਦੇ ਨੇਕ ਨੱਕੇ ਵਿੱਚ ਨਿਕਲ ਜਾਣਾ ਸੌਖਾ ਹੈ। ਉਹ ਬਹੁਤ ਹੀ ਹੈਰਾਨ ਹੋ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, ਫਿਰ ਕੌਣ ਮੁਕਤੀ ਪਾ ਸਕਦਾ ਹੈ? ਯੇਸੂ ਨੇ ਉਹਨਾਂ ਵੱਲ ਤੱਕਿਆ ਅਤੇ ਕਿਹਾ, ਮਨੁੱਖਾਂ ਲਈ ਇਹ ਅਣਹੋਣਾ ਹੈ ਪਰ ਖੁਦਾ ਲਈ ਨਹੀਂ, ਕਿਉਂਕਿ ਖੁਦਾ ਲਈ ਸਭ ਕੁਛ ਸੰਭਵ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰਿਓ, ਅੱਜ ਖੁਦਾ ਦੀ ਵਚਨ ਸਾਨੂੰ ਸਿਖਾਉਂਦਾ ਹੈ ਖੁਦਾ ਦਾ ਰਾਜ ਵਿੱਚ ਦਾਖਲ ਹੋਣ ਲਈ ਕੀ ਲੋੜ ਹੈ। ਸੰਤ ਮਾਰਕੋਸ ਨੇ ਸਾਫ ਸਾਫ ਲਿਖਿਆ, ਖੁਦਾ ਦਾ ਰਾਜ ਵਿੱਚ ਜਾਣ ਲਈ ਖੁਦਾ ਦਾ ਹੁਕਮਾਂ ਨੂੰ ਪਾਲਣਾ ਕਰਨਾ। ਮਾਰਕੋਸ ਅਤੇ ਲੋਕ ਯੇਸੂ ਮਸੀਹ ਦਾ ਇੱਛਾ ਨੂੰ ਸਾਫ ਸਾਫ ਲਿਖਿਆ ਹੋਇਆ, ਇਹ ਆਦਮੀ ਕੇ ਅੰਦਰ ਇੱਕ ਕੱਟ ਸੀਜ਼ ਹੈ,
ਇਹ ਕਾਟਕੀ ਹੈ। ਉਨਕਾ ਤਨ ਦੌਲਤ ਬਹੁਤ ਸੀ, ਸਾਰਿਆਂ ਨੂੰ ਗਰੀਬਾਂ ਨੂੰ ਦੇ ਦੇਣਾ। ਮੱਤੀ ਅੰਜੀਲ ਵਿੱਚ ਵੇਕਣੇ ਤੋਂ ਥੋੜ੍ਹਾ ਹਲਕਾ ਲਿਖਿਆ ਹੋਇਆ, ਜੇਕਰ ਮਤਲਬ ਇਨਕਾ ਇੱਕ ਚੋਇਸ ਹੈ। ਮਾਰਕੋਸ ਅਤੇ ਲੂਕ ਅੰਜੀਲ ਵਿੱਚ ਪੜ੍ਹਨੇ ਤੋਂ ਪਤਾ ਚੱਲੇਗਾ ਉਸ ਵਿੱਚ ਕੋਈ ਚੋਇਸ ਨਹੀਂ ਹੈ। ਜ਼ਰੂਰ ਸਵਰਗ ਰਾਜ ਵਿੱਚ ਜਾਣ ਲਈ ਇੱਕੋ ਇੱਕ ਮਾਰਗ ਹੈ, ਇੱਕੋ ਇੱਕ ਰਾਹ ਹੈ, ਉਹ ਰਾਹ ਵਿੱਚ ਚੱਲਣਾ ਜ਼ਰੂਰੀ ਹੈ। ਇਸ ਲਈ ਹਰ ਇੱਕ ਵਿਅਕਤੀ ਖੁਦਾ ਦਾ ਰਾਜ ਵਿੱਚ ਪਹੁੰਚਣ ਲਈ ਕੋਸ਼ਿਸ਼ ਕਰਨਾ। ਜਦੋਂ ਇਹ ਆਦਮੀ ਆ ਕੇ ਮਸੀਹ ਨੂੰ ਪੁੱਛਿਆ, ਮਸੀਹ ਨੇ ਪਿਆਰ ਨਾਲ ਵੇਖਿਆ, ਮਸੀਹ ਨੂੰ ਜਾਣਦਾ ਹੈ, ਇਹ ਨਹੀਂ ਛੋੜ ਸਕਦਾ। ਫਿਰ ਵੀ ਉਸ ਉੱਤੇ ਮਸੀਹ ਨੂੰ ਗੁੱਸਾ ਨਹੀਂ ਸੀ, ਪਿਆਰ ਨਾਲ ਵੇਖਿਆ। ਇਹ ਪਿਆਰ ਹਮੇਸ਼ਾ ਪਿਆਰ ਦੇਣ ਵਾਲਾ ਖੁਦਾ ਹੈ। ਅੱਜ ਦਾ ਪਹਿਲੇ ਪਾਰਟ ਵਿੱਚ ਵੇਖਣੇ ਤੋਂ ਪਤਾ ਚੱਲੇਗਾ, ਇਹ ਪਹਿਲੇ ਪਾਰਟ ਵਿੱਚ ਸੰਤ ਪਤਰਸ ਨੇ ਸੰਗਤ ਨੂੰ, ਜੋ ਕੋਈ ਮਸੀਹ ਜਿੰਦਾ ਹੋਣੇ ਕੇ ਬਾਅਦ ਮਸੀਹ ਨੂੰ ਸਵੀਕਾਰ ਕੀਤਾ, ਵਿਸ਼ਵਾਸ ਵਿੱਚ ਆ ਚੁੱਕਿਆ ਹੈ, ਬਾਅਦ ਵਿੱਚ ਇਹ ਲੋਕ ਪਿੱਛੇ ਜਾਣਾ ਸ਼ੁਰੂ ਹੋ ਚੁੱਕਿਆ ਹੈ। ਉਸ ਸਮੇਂ ਇਹ ਲੋਕਾਂ ਨੂੰ ਮਜ਼ਬੂਤ ਦੇਣ ਲਈ ਇਹ ਆਇਤ ਨੂੰ ਇਸਤੇਮਾਲ ਕਰ ਰਹੇ, ਤਨ ਹੈ ਖੁਦਾ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਾਪ, ਉਸਦੀ ਮਹਾਨ ਦਇਆ ਦੇ ਵਸੀਲੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀਵ ਉੱਠਣ ਨਾਲ ਅਸੀਂ ਜੀਵਨ ਦੀ ਆਸ ਲਈ ਨਵਾਂ ਜਨਮ ਲਿਆ ਹੈ। ਯਿਸੂ ਮਸੀਹ, ਸਿਰਫ ਯਿਸੂ ਮਸੀਹ ਦੇ ਜੀਵ ਉੱਠਣ ਦੇ ਨਾਲ ਸਾਰਿਆਂ ਨੂੰ ਜੀਵ ਉੱਠਣ ਦੇ ਇਹ ਖੁਸ਼ੀ ਦਾ ਗੱਲ ਮਿਲ ਚੁੱਕਿਆ ਹੈ। ਜਿਸ ਤਰ੍ਹਾਂ ਇਹ ਆਦਮੀ ਵਾਪਸ ਗਿਆ, ਬਟ ਜਦੋਂ ਮਸੀਹ ਦਾ ਦਇਆ ਤਰਸ ਆਪਣੇ ਉੱਤੇ ਹੈ, ਜ਼ਰੂਰੀ ਅਸੀਂ ਖੁਦਾ ਕੋਲ ਜਾ ਸਕਦਾ ਹੈ। ਇਸੀ ਲਈ ਮਸੀਹ ਦਾ ਪਿਆਰ ਨੂੰ ਸਮਝਣਾ ਜ਼ਰੂਰੀ ਹੈ। ਬਾਰ ਬਾਰ ਲਿਖਿਆ ਹੋਇਆ ਪਵਿੱਤਰ ਗ੍ਰੰਥ ਵਿੱਚ, ਲਿਖਿਆ ਹੋਇਆ ਵਿਧਾਨ ਵਿਵਰਣ ਵਿੱਚ 4:31 ਆਇਤ ਵਿੱਚ ਲਿਖਿਆ ਹੋਇਆ ਮਸੀਹ ਦਾ ਦਇਆ ਦੇ ਬਾਰੇ, ਕਿਤਨਾ ਦਇਆਵਾਨ ਹੈ। ਕਿਉਂ ਜੋ ਪ੍ਰਭੂ ਤੇਰਾ ਖੁਦਾ ਰਹਿਮ ਦਿਲ ਖੁਦਾ ਹੈ, ਉਹ ਨਾ ਤੈਨੂੰ ਛੱਡੇਗਾ, ਨਾ ਹੀ ਤੈਨੂੰ ਨਾਸ਼ ਕਰੇਗਾ, ਨਾ ਹੀ ਤੇਰੇ ਪੁਰਖਿਆਂ ਨਾਲ ਕੀਤੇ ਨੇਮ ਨੂੰ ਭੁੱਲੇਗਾ, ਜਿਸ ਦੀ ਉਸਨੇ ਮੂੰਹ ਕਾਤੀ ਹੈ। ਮਸੀਹ ਦਾ ਦਿਲ ਵਿੱਚ ਹਮੇਸ਼ਾ ਪਿਆਰ ਹੈ, ਕਦੀ ਵੀ ਉਨਕਾ ਭਵਿੱਖਬਾਣੀ ਨੂੰ ਪੂਰਾ ਕਰਨ ਵਾਲਾ ਹੈ, ਕਦੀ ਵੀ ਭਵਿੱਖਬਾਣੀ ਨੂੰ ਨਾ ਪੂਰਾ ਕਰਨ ਵਾਲਾ ਨਹੀਂ ਹੈ। ਇਹ ਖੁਦਾ ਸਾਡੇ ਨਾਲ ਹੈ। ਖੁਦਾ ਨੂੰ ਸਭ ਕੁਛ ਸੰਭਵ ਹੈ, ਸਾਰਿਆਂ ਨੂੰ ਸਵਰਗ ਰਾਜ ਵਿੱਚ ਲੈ ਕੇ ਜਾਣ ਲਈ ਖੁਦਾ ਤਿਆਰ ਹੈ। ਲੋਕ ਅੰਜਿਲ ਵਿੱਚ ਪੜ੍ਹਨੇ ਤੋਂ ਪਤਾ ਚੱਲੇਗਾ, 6:36 ਆਇਤ ਵਿੱਚ ਪੜ੍ਹਨੇ ਤੋਂ ਪਤਾ ਚੱਲੇਗਾ ਖੁਦਾ ਦਇਆਵਾਨ ਹੈ। ਅਸੀਂ ਵੀ ਦਇਆਵਾਨ ਬਣਨਾ ਹੈ। ਖੁਦਾ ਸਾਰਿਆਂ ਨੂੰ ਇੱਕ ਹੀ ਚੀਜ਼
ਪੁੱਛ ਰਿਹਾ ਹੈ ਸਾਰਿਆਂ ਦਇਆਵਾਨ ਬਣੋ, ਖੁਦਾ ਦਾ ਦਿਲ ਵਿੱਚ ਪਿਆਰ ਹੈ, ਉਹ ਪਿਆਰ ਨੂੰ ਸਾਰਿਆਂ ਨੂੰ ਦਿਖਾਈ ਦਿਓ। ਇਹ ਰਾਜ ਵਿੱਚ ਸਾਰੇ ਚੱਲਣੇ ਤੋਂ ਖੁਦਾ ਜ਼ਰੂਰ ਹੀ ਸਵਰਗ ਰਾਜ ਦਾ ਖਜ਼ਾਨਾ ਦੇ ਦੇਗਾ, ਸਾਰਿਆਂ ਨੂੰ ਸਵਰਗ ਰਾਜ ਵਿੱਚ ਪਹੁੰਚਣ ਲਈ ਮਦਦ ਕਰੇਗਾ। मेरा जीवन इतना अच्छा तो नहीं है, मेरा जीवन इतना अच्छा तो नहीं है, मेरा दिल इतना सच्चा तो नहीं है, तुझसे नाता भी कोई पक्का तो नहीं है, मैं जैसा भी हूँ मुझको कबूल कर ले, जैसा भी हूँ मुझको कबूल कर ले, मैं जैसा भी हूँ मुझको कबूल कर ले, मैं जैसा भी हूँ मुझको कबूल कर ले। दाऊद जैसे मेरे गीत तो नहीं है, दाऊद जैसे मेरे गीत तो नहीं है, दाऊद जैसा संगीत तो नहीं है, दाऊद जैसी मेरी प्रीत तो नहीं है, पर जैसा भी हूँ मुझको कबूल कर ले, जैसा भी हूँ मुझको कबूल कर ले, मैं जैसा भी हूँ मुझको कबूल कर ले, मैं जैसा भी हूँ मुझको कबूल कर ले। ਪ੍ਰਭੂ ਅਤੇ ਭੈਣੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਖੁਦਾ ਛੜਾਵੇ ਦੇ ਇਹ ਤੋਹਫੇ ਸਾਨੂੰ ਤੇਰੇ ਤੋਂ ਹੀ ਮਿਲੇ ਹਨ ਅਤੇ ਤੂੰ ਇਹਨਾਂ ਨੂੰ ਸਾਡੇ ਹੱਥੋਂ ਸਾਡੇ ਪੁਰੋਹਿਤਾਈ ਸੇਵਾ ਨੇ ਨਿਸ਼ਾਨ ਵਜੋਂ ਕਬੂਲ ਕਰਦਾ ਹੈ। ਬਖਸ਼ ਦੇ ਕਿ ਇਹ ਨਜ਼ਰਾਂ ਨੇ ਜਿਨ੍ਹਾਂ ਨੂੰ ਰਾਹੀਂ ਤੂੰ ਸਾਡੀ ਕਬਾਲੀਅਤ ਨੂੰ ਮੰਨ ਲੈਂਦਾ ਹੈ, ਇਹ ਸਾਡੇ ਲਈ ਸਦੀ ਵੀ ਖੁਸ਼ੀ ਦਾ ਇਨਾਮ ਵੀ ਲੈ ਆਵਣ ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਏ ਪ੍ਰਭੂ ਪਵਿੱਤਰ ਬਾਂ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਵਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਤਾਂ ਯੇਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀ। ਪਿਆਰ ਨਾਲ ਤੂੰ ਇਨਸਾਨ ਨੂੰ ਬਣਾਇਆ,
ਅਤੇ ਆਪਣੇ ਇਨਸਾਫ ਨਾਲ ਤੂੰ ਸਾਨੂੰ ਅਪਰਾਧੀ ਠਹਿਰਾਇਆ, ਪਰ ਆਪਣੇ ਤਰਸ ਅਤੇ ਦਇਆ ਸਦਕੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੂੰ ਉਸ ਨੂੰ ਰਿਹਾਈ ਦਿੱਤੀ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀ ਦੀ ਜਤੀਆ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤ੍ਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਪਾਂਕ ਨੂੰ ਵੇਚ ਕੇ ਇਹਨਾਂ ਨਜ਼ਰਾਣੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਨਵੇਂ ਅਤੇ ਸਦੀ ਵਿਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤੀਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਇਸ ਮਸੀਹ ਦੇ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾ ਹੈ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬਜੇ ਰਹੀਏ। ਇਹ ਪ੍ਰਭੂ, ਸਾਰੇ ਧਰਤੀ ਉੱਤੇ ਫੈਲੀ ਹੋਈ ਆਪਣੇ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ, ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਰਸੂਲ ਸੰਚਾਲਕ ਅਗਨੇਲੋ ਨੂੰ ਅਤੇ ਸਾਰੇ ਪੁਰੋਹਿਤ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪਿੰਡ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਰਨ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ,
ਤਾਂ ਜੋ ਤਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਵਾਰੀ ਦੇ ਮੁਬਾਰਕ ਬਰਸੰਤ ਯੂਸਫ ਦੇ ਨਾਲ ਤਨ ਰਸੂਲਾ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਗਉ ਵਿੱਚ ਤੈਨੂੰ ਕੁਛ ਕੀਤਾ ਅਸੀਂ ਸਦੀ ਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਇਹ ਕੁਦਾ ਪੂਰੀ ਕੁਦਰਤ ਵਾਲੇ ਬਾਮ ਰੂਪਾਂਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੈ ਸਦਾ ਤੋਂ ਸਦਾ ਤੀਕਰ ਆਮੇਨ। ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਨੇ ਸਾਨੂੰ ਸਿਖਾਇਆ ਹੈ। ਆਏ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਆਏ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੀ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲਸੀਆ ਦੀ ਮਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਇਤਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੇਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਦਾਗ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਬਗਤੇ ਚਸ਼ਮੇ ਯਿਸੂ, ਸ਼ਿਫਾ ਦੇ ਸਾਗਰ ਯਿਸੂ, ਮੇਰੇ ਤੇ ਕਰਦੇ ਦਇਆ। ਬਰਕਤ ਦੇ ਚਸ਼ਮੇ ਯਿਸੂ,
ਮੈਂ ਪ੍ਰਭੂ ਲਈ ਖੁਸ਼ੀ ਦੇ ਗੀਤ ਗਾਵਾਂਗਾ ਕਿਉਂ ਜੋ ਉਹ ਮੇਰੇ ਲਈ ਬਹੁਤ ਦਇਆਲੂ ਰਿਹਾ ਹੈ। ਮੈਂ ਸਰਵਉੱਚ ਖੁਦਾ ਲਈ ਜ਼ਬੂਰਾ ਵਿੱਚ ਖੁਸ਼ੀ ਦੇ ਗੀਤ ਗਾਵਾਂਗਾ। ਮੈਂ ਪ੍ਰਭੂ ਲਈ ਖੁਸ਼ੀ ਦੇ ਗੀਤ ਗਾਵਾਂਗਾ ਕਿਉਂ ਜੋ ਉਹ ਮੇਰੇ ਲਈ ਬਹੁਤ ਦਇਆਲੂ ਰਿਹਾ ਹੈ। ਮੈਂ ਸਰਵਉੱਚ ਖੁਦਾ ਲਈ ਜ਼ਬੂਰ ਗਾਵਾਂਗਾ। ਅਸੀਂ ਪ੍ਰਾਰਥਨਾ ਕਰੀਏ। ਇਹ ਮਿਹਰਬਾਨ ਖੁਦਾ ਬਾਪ, ਪਾਕ ਯੂਕਰਿਸ ਦੇ ਇਸ ਸੈਕਰਮੈਂਟ ਨਾਲ ਤੂੰ ਸਾਨੂੰ ਇਸ ਦੁਨੀਆ ਵਿੱਚ ਆਪਣੇ ਪੋਚ ਵਿੱਚ ਹਿੱਸੇਦਾਰ ਬਣਾਉਂਦਾ ਹੈ। ਬਖਸ਼ ਦੇ ਕਿ ਇਹ ਸਾਨੂੰ ਸਦੀ ਵਿੱਚ ਜੀਵਨ ਵਿੱਚ ਤੇਰੇ ਨਾਲ ਪੂਰੀ ਤਰ੍ਹਾਂ ਸ਼ਰੀਕ ਹੋਣ ਦੇ ਲਾਇਕ ਬਣਾ ਦੇਵੇ, ਸਾਡੇ ਪ੍ਰਭੂ ਮਸੀਹ ਦੇ ਰਾਹੀ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ,
ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇ ਤੂੰ ਖਾਲੀ ਗਿਆ ਹੋਵੇ ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ। ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ। ਐ ਦੇ ਤਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾ ਨੂੰ ਹਕੀਨ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਮੇਰਾ ਇੱਕ ਗੁਨਾਹ ਧੋ ਰਹੀ ਹੈ। ਆ
ਗੁਨਾਹ ਤੋਰੇ।